ਪਠਾਨਕੋਟ ਦੇ ਬਾਬਾ ਫਰੀਦ ਕਾਲਜ ਚੋਂ ਪੜ੍ਹਾਈ ਕਰ ਲਵਪ੍ਰੀਤ ਕੌਰ ਬਰਾੜ ਨੇ ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਰ ਦਾ ਟੈਸਟ ਪਾਸ ਕਰਕੇ ਸਭ ਤੋਂ ਘੱਟ ਉਮਰ ਦੀ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ, ਜਿਸਦਾ ਅੱਜ ਕਾਲਜ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਲਵਪ੍ਰੀਤ ਦੇ ਕਾਲਜ ਪਹੁੰਚਣ ਤੇ ਇੱਥੋਂ ਦੇ ਅਧਿਆਪਕ ਲਵਪ੍ਰੀਤ ਨੂੰ ਮਿਲ ਕੇ ਭਾਵੁਕ ਹੁੰਦੇ ਨਜ਼ਰ ਆਏ, ਜਿੱਥੇ ਲਵਪ੍ਰੀਤ ਦੇ ਜੱਜ ਬਣਨ ਤੇ ਸਭ ਨੇ ਮਾਣ ਮਹਿਸੂਸ ਕੀਤਾ। ਹਕੀਕਤ ਮੈਨੂੰ ਤਾਂ ਇੰਝ ਜਾਪਦਾ ਕਿ ਅੱਜ ਬਾਬਾ ਫਰੀਦ ਦੀ ਰਹਿਮਤ ਹੋਈ ਹੈ ਫਰੀਦਕੋਟ 'ਤੇ, ਕਿ ਬਾਬਾ ਫਰੀਦ ਜੀ ਦੀ ਕਿਰਪਾ ਦੇ ਨਾਲ ਸਾਡੀ ਇਹ ਬੱਚੀ ਜਿਹੜੀ ਹੈ ਫਰੀਦਕੋਟ ਦੀ ਬੱਚੀ, ਇੰਨੀ ਯੰਗ ਏਜ 'ਚ ਸਿਰਫ 24.5 ਸਾਲ ਦੀ ਬੱਚੀ ਹੈ, ਇਹ ਅੱਜ ਪੀ ਸੀ ਐੱਸ ਜੁਡੀਸ਼ਰੀ 'ਚ ਪੁਜ਼ੀਸ਼ਨ ਲੈ ਕੇ ਜੱਜ ਬਣ ਗਈ, ਔਰ ਇਹਨੇ ਜਿਹੜੀ ਇਹਦੀ ਰਿਟਾਇਰਿੰਗ ਏਜ ਹੈ ਇੱਕ ਜੱਜ ਦੀ ਉਹ 66 ਹੈ, ਅਤੇ ਇਹ ਉਸ ਤੋਂ ਪਹਿਲਾਂ ਚੀਫ ਜੱਜ ਆਫ ਪੰਜਾਬ ਜ਼ਰੂਰ, ਹਾਈ ਕੋਰਟ ਦੀ ਚੀਫ ਜੱਜ ਆਫ ਪੰਜਾਬ ਜ਼ਰੂਰ ਬਣੂਗੀ। ਮੇਰੀ ਸਿਰਫ ਇਹ ਅਫਸੋਸ ਮੈਨੂੰ ਇੰਨੀ ਗੱਲ ਦਾ ਕਿ ਮੈਂ ਉਦੋਂ ਜਿਉਂਦਾ ਨਹੀਂ ਹੋਊਂਗਾ। ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ, ਅਤੇ ਮੈਂ ਬਾਬਾ ਫਰੀਦ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ 'ਤੇ ਮਿਹਰ ਕੀਤੀ। ਪੜ੍ਹਾਈ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ, ਕਿੱਥੋਂ ਹੋਈ, ਬੇਸ ਕਿਸ ਤਰੀਕੇ ਨਾਲ ਬਣਿਆ ਸਰ? ਮੈਂ ਨਰਸਰੀ ਟੂ 12th ਬਾਬਾ ਫਰੀਦ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ ਹੈ, ਫਿਰ ਉਸ ਤੋਂ ਬਾਅਦ 5 ਈਅਰ ਲਾਅ ਮੈਂ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਤੋਂ ਕੀਤਾ। ਮੈਂ 6 ਮੰਥਸ ਉੱਥੇ ਅਨਿਲ ਖੰਨਾ ਇੰਸਟੀਟਿਊਟ ਹੈ, ਮੈਂ ਉੱਥੋਂ ਕੋਚਿੰਗ ਲਈ, ਮੇਰੇ ਨਾਨੀ ਜੀ ਬਾਹਰ ਰਹਿੰਦੇ ਨੇ, ਉਹ ਸਪੈਸ਼ਲ ਮੇਰੇ ਲਈ ਆਏ। ਮੈਂ ਪੀ ਜੀ 'ਚ ਰਹਿ ਕੇ ਪੜ੍ਹਾਈ ਨਹੀਂ ਕੀਤੀ, ਮੈਂ ਉੱਥੇ ਫਲੈਟ ਲਿਆ ਹੋਇਆ ਸੀਗਾ ਅਤੇ ਉਹ ਮੇਰੇ ਵਾਸਤੇ ਉੱਥੋਂ ਆਏ ਸੀ, ਅਤੇ ਮੈਂ ਉੱਥੇ ਕੋਈ ਰੋਜ਼ ਗਾਰਡਨ ਸੁਖਨਾ 'ਚ ਕਿਤੇ ਵੀ ਆਊਟਿੰਗ ਨਹੀਂ ਕੀਤੀ, ਬਸ ਸਿਰਫ ਮੈਨੂੰ ਇਹ ਹੁੰਦਾ ਸੀਗਾ ਕਿ ਆਈ ਹੈਵ ਟੂ ਅਚੀਵ ਮਾਈ ਡ੍ਰੀਮ। ਪਰਿਵਾਰ ਬਾਰੇ ਦੱਸੋ, ਪਰਿਵਾਰ 'ਚ ਕੌਣ ਕੌਣ ਨੇ, ਕਿਸ ਤਰ੍ਹਾਂ ਤੁਹਾਡੀ? ਮੇਰੀ ਫੈਮਿਲੀ 'ਚ ਮੇਰੇ ਮਦਰ ਨੇ ਅਤੇ ਮੇਰਾ ਬ੍ਰਦਰ, ਉਹ ਮੇਰੇ ਤੋਂ 10 ਸਾਲ ਛੋਟਾ ਹੈ। ਮੇਰੇ ਪਾਪਾ ਜੀ ਦੀ 10 ਸਾਲ ਪਹਿਲਾਂ ਡੈਥ ਹੋ ਗਈ ਸੀ। ਕਾਲਜ ਦਾ ਸਹਿਯੋਗ ਕਿਸ ਤਰ੍ਹਾਂ ਰਿਹਾ? ਸਭ ਤੋਂ ਜ਼ਿਆਦਾ ਸਹਿਯੋਗ ਹੀ ਕਾਲਜ ਦਾ, ਜਿੱਥੇ ਮੇਰਾ ਬੇਸ ਬਣਿਆ, ਮੈਨੂੰ ਲੋਅ 'ਚ ਇੰਟਰਸਟ ਹੋਇਆ ਅਤੇ ਮੇਰਾ ਮਨ ਬਣਿਆ, ਐਂਡ ਮੇਰੇ ਮੈਂਟਰ ਸਰਦਾਰ ਇੰਦਰਜੀਤ ਸਿੰਘ ਖਾਲਸਾ, ਜਿਨ੍ਹਾਂ ਦੀ ਮੈਂ ਹਰ ਇੱਕ ਆਈ ਕੈਨ ਟੈਲ ਵਰਡਸ ਸੁਣਨ ਵਿੱਚ ਆਇਆ ਵੀ ਲੋਅ ਕਾਲਜ ਦੇ ਚੇਅਰਮੈਨ ਸਾਹਿਬ ਨੇ ਤੁਹਾਨੂੰ ਪਹਿਲਾਂ ਹੀ ਕਹਿਤਾ ਸੀ ਵੀ ਤੁਸੀਂ ਜੱਜ ਬਣੋਗੇ? ਹਾਂਜੀ, 2 ਸਾਲ ਪਹਿਲਾਂ ਜਦੋਂ ਮੈਂ ਕਾਲਜ 'ਚ ਫਸਟ ਆਈ ਸੀ, ਮੈਂ ਸਰ ਕੋਲ ਗਈ ਸੀ ਅਤੇ ਸਰ ਨੇ ਜੋ ਆਪਣੇ ਹੱਥੀਂ ਬੁੱਕ ਲਿਖੀ ਸੀ, ਉਹਨਾਂ ਨੇ ਉਸ 'ਤੇ ਮੈਨੂੰ ਬਲੈਸਿੰਗ ਦੇ ਤੌਰ 'ਤੇ ਲਿਖਿਆ ਸੀ ਦੈਟ ਆਈ ਵਿਲ ਬਿਕਮ ਮੈਜਿਸਟਰੇਟ ਬਿਫੋਰ 26, ਐਂਡ ਅੱਜ ਮੇਰੀ ਉਮਰ 24.5 ਸਾਲ ਹੈ। ਤੁਹਾਡੀ ਪਹਿਲਾਂ ਐਮ ਬੀ ਬੀ ਐਸ ਦੇ ਵਿੱਚ ਜਿਹੜੀ ਐਡਮਿਸ਼ਨ ਹੋਈ ਸੀ, ਐਮ ਬੀ ਬੀ ਐਸ ਤੋਂ ਬਾਅਦ ਤੁਸੀਂ ਜਿਹੜਾ ਲਾਅ ਦੇ ਵਿੱਚ ਆਏ ਹੋ, ਪ੍ਰੋਫੈਸ਼ਨ ਚੇਂਜ ਹੋਣ ਵਾਲਾ ਗੱਲ ਹੋਈ ਸਾਰੀ, ਹੈ ਨਾ, ਕਿੱਦਾਂ ਦਾ ਲੱਗਿਆ, ਹੁਣ ਇੱਕ ਅਚੀਵਮੈਂਟ ਹੋਈ ਹੈ? ਆਈ ਥਿੰਕ ਇਹ ਮੇਰੀ ਡੈਸਟੀਨੀ ਸੀ, ਜੋ ਵੀ ਹੁੰਦਾ ਚੰਗੇ ਲਈ ਹੁੰਦਾ ਸੁਣਿਆ ਸੀ, ਬਟ ਅੱਜ ਮੈਨੂੰ ਅਸਲ ਦੇ ਵਿੱਚ ਉਸ ਗੱਲ 'ਤੇ ਬਿਲੀਵ ਹੋਇਆ। ਬਾਬਾ ਫਰੀਦ ਜੀ ਦੇ ਇੰਸਟੀਟਿਊਟ ਤੋਂ ਪੜ੍ਹਨਾ ਇਸ ਤੋਂ ਵੱਧ ਮੇਰੇ ਲਈ ਹੋਰ ਕੁਛ ਨਹੀਂ ਆ। ਉੱਧਰ ਲਵਪ੍ਰੀਤ ਦੀ ਮਾਤਾ ਨੇ ਦੱਸਿਆ ਕਿ ਪਿਤਾ ਦੇ ਨਾ ਹੋਣ ਦੇ ਬਾਵਜੂਦ ਵੀ ਲਵਪ੍ਰੀਤ ਨੇ ਦਿਨ ਰਾਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਜੀ ਮੈਂ ਬਹੁਤ ਖੁਸ਼ ਹਾਂ, ਅੱਜ ਬਹੁਤ ਖੁਸ਼ ਹਾਂ, ਬਾਬਾ ਸ਼ੇਖ ਫਰੀਦ ਜੀ ਦੀ ਮਿਹਰ ਆ ਬੱਚੀ 'ਤੇ। ਕਿਸ ਤਰ੍ਹਾਂ ਤੁਸੀਂ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜੀ? ਪਾਲਣ ਪਲੋਸ ਜੀ, ਇਹਨਾਂ ਦਾ ਪਾਪਾ ਹੈ ਨਹੀਂ ਸੀਗੇ, ਸਾਰਾ ਮਾਂ ਪਿਓ ਇਹਨਾਂ ਦੀ ਦੇਖਭਾਲ ਕੀਤੀ, ਪਰ ਬੇਟੀ ਵੀ ਬਹੁਤ ਸਿਆਣੀ ਸੀ, ਏਜ ਛੋਟੀ ਸੀ, ਪਰ ਇਹਨੇ ਮੇਰੀ ਆਪ ਵੀ ਨਾਲ ਬਹੁਤ ਹੈਲਪ ਕੀਤੀ ਹੈ। ਕੀ ਲੱਗਦਾ ਸੀ ਤੁਹਾਨੂੰ ਵੀ ਤੁਹਾਡੀ ਬੇਟੀ ਅੱਜ ਆ? ਹਾਂਜੀ, ਮੈਨੂੰ ਨਹੀਂ ਦੱਸੀ ਕੀ ਆਸਾਂ ਨੇ ਬੱਚੀ ਤੋਂ, ਕਿ ਕਿੱਥੇ ਤੱਕ ਦੇਖ ਸਕਦੇ ਹਾਂ। ਉਹਨਾਂ ਮਾਵਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਾਂ ਪਰਿਵਾਰ ਨੂੰ? ਜਿਹਨਾਂ ਮਾਵਾਂ ਨੂੰ ਮੈਸੇਜ ਇਹ ਦਿੰਨੀ ਹੈ, ਧੀਆਂ ਪੁੱਤਾਂ ਤੋਂ ਵੀ ਅੱਗੇ ਆ। ਸੋ ਲਵਪ੍ਰੀਤ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਕਿ ਸਮਾਜ ਵਿੱਚ ਔਰਤਾਂ ਦਾ ਰੁਤਬਾ ਕਿਸੇ ਨਾਲੋਂ ਘੱਟ ਨਹੀਂ ਹੈ, ਅਤੇ ਲਵਪ੍ਰੀਤ ਹੋਰ ਕੁੜੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੀ ਹੈ। ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ।